ਲੋਕਾਂ ਦੇ ਲਈ ਪਾਉਂਦੇ ਡੰਗ ਕਾਦੇ ਲਈ ਪਾਉਂਦੇ ਡੰਗ ਸਰਦਾਰ ਤੇ ਸਭ ਬਾਦਸ਼ਾਹ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ ਲੋਕਾਂ ਦੇ ਲਈ ਪਾਉਂਦੇ ਡੰਡ ਰਲ ਕੇ ਕਹਿੰਦੇ ਆਓ ਬੰਦ ਉਹਨਾਂ ਦੇ ਖੋਲਾਂਗੇ ਉਰਲ ਕੇ ਕਹਿੰਦੇ ਆਓ ਬੰਦ ਉਹਨਾਂ ਦੇ ਖੋਲਾਂਗੇ ਉਹਨਾਂ ਦੇ ਰੱਸੇ ਆਪਣੇ ਤੋਂ ਤਰੋੜ ਕੇ ਸੁੱਟਾਂਗੇ ਉਹਨਾਂ ਦੇ ਰੱਸੇ ਆਪਣੇ ਤੋਂ ਤਰੋੜ ਕੇ ਸੁੱਟਾਂਗੇ ਲੋਕਾਂ ਦੇ ਲਈ ਪਾਉਂਦੇ ਡੰਡ ਕਾਦੇ ਲਈ ਪਾਉਂਦੇ ਡੰਡ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ ਅਸਮਾਨ ਤੇ ਜੋ ਬੈਠਾ ਹੈ ਉਹਨਾਂ ਤੇ ਹੱਸੇਗਾ ਅਸਮਾਨ ਤੇ ਜੋ ਬੈਠਾ ਹੈ ਉਹਨਾਂ ਤੇ ਹੱਸੇਗਾ ਰੱਬ ਉਹਨਾਂ ਨੂੰ ਮਖੌਲਾਂ ਨਾਲ ਹੁਣ ਆਪ ਉਡਾਵੇਗਾ ਰੱਬ ਉਹਨਾਂ ਨੂੰ ਮਖੌਲਾਂ ਨਾਲ ਹੁਣ ਆਪ ਉਡਾਵੇਗਾ ਲੋਕਾਂ ਦੇ ਲਈ ਪਾਉਂਦੇ ਡੰਡ ਕਾਦੇ ਲਈ ਪਾਉਂਦੇ ਡੰਡ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ ਕਦ ਗੁੱਸੇ ਹੋ ਕੇ ਉਹਨਾਂ ਨੂੰ ਕਰੇਗਾ ਪਰੇਸ਼ਾਨ ਕਦ ਗੁੱਸੇ ਹੋ ਕੇ ਉਹਨਾਂ ਨੂੰ ਕਰੇਗਾ ਪਰੇਸ਼ਾਨ ਤੇ ਗੁੱਸੇ ਦੇ ਵਿੱਚ ਉਹਨਾਂ ਨੂੰ ਇਹ ਕਰੇਗਾ ਫਰਮਾਨ ਤੇ ਗੁੱਸੇ ਦੇ ਵਿੱਚ ਉਹਨਾਂ ਨੂੰ ਕਰੇਗਾ ਫਰਮਾਨ ਲੋਕਾਂ ਦੇ ਲਈ ਪਾਉਂਦੇ ਡੰਡ ਕਾਦੇ ਲਈ ਪਾਉਂਦੇ ਡੰਡ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ ਦੇ ਪਾਕ ਪਹਾੜ ਤੇ ਮੈਂ ਬਿਠਾਇਆ ਆਪਣਾ ਸ਼ਾਨ ਸਹੂਨ ਦੇ ਪਾਕ ਪਹਾੜ ਤੇ ਮੈਂ ਬਿਠਾਇਆ ਆਪਣਾ ਸ਼ਾਨ ਯਹੋਵਾ ਦਾ ਫਰਮਾਨ ਜੋ ਹੈ ਮੈਂ ਉਹ ਸੁਣਾਵਾਂਗਾ ਯਹੋਵਾ ਦਾ ਫਰਮਾਨ ਜੋ ਹੈ ਮੈਂ ਉਹ ਸੁਣਾਵਾਂਗਾ ਲੋਕਾਂ ਦੇ ਲਈ ਪਾਉਂਦੇ ਡੰਡ ਕਾਦੇ ਲਈ ਪਾਉਂਦੇ ਡੰਡ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ
ਲੋਕ ਕਾਦੇ ਲਈ ਪਾਉਂਦੇ ਡੰਡ ਕਾਦੇ ਲਈ ਪਾਉਂਦੇ ਡੰਡ ਸਰਦਾਰ ਤੇ ਸਭ ਬਾਦਸ਼ਾਹ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ ਲੋਕ ਕਾਦੇ ਲਈ ਪਾਉਂਦੇ ਡੰਡ